15 ਸਾਲ ਦੇ ਨੌਜਵਾਨ ਦੀ ਲਾਸ਼ ਲੈ ਕੇ ਪਰਿਵਾਰ ਹਸਪਤਾਲ ਪਹੁੰਚਿਆ ਸੀ, ਜਿੱਥੇ ਕਿ ਡਾਕਟਰਾਂ ਦੇ ਨਾਲ ਇਹਨਾਂ ਦੀ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਅੰਦਰੋਂ ਗੇਟ ਲਗਾ ਲਿਆ ਜਾਂਦਾ ਹੈ। ਤਾਂ ਸੀਸੀਟੀਵੀ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਹਸਪਤਾਲ ਦੇ ਵਿੱਚ ਇਹ ਮਾਮਲਾ ਉਸ ਸਮੇਂ ਭਖ ਜਾਂਦਾ ਹੈ ਜਦੋਂ ਇੱਕ 15 ਸਾਲ ਦੇ ਨੌਜਵਾਨ ਦੀ ਲਾਸ਼ ਲੈ ਕੇ ਪਰਿਵਾਰ ਹਸਪਤਾਲ ਦੇ ਵਿੱਚ ਪਹੁੰਚਿਆ ਸੀ, ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਦੇ ਨਾਲ ਪਰਿਵਾਰ ਦੀ ਬਹਿਸ ਹੁੰਦੀ ਹੈ। ਤਾਂ ਮੌਕੇ 'ਤੇ 20 ਤੋਂ 25 ਜਣੇ ਵੇਖੇ ਜਾ ਸਕਦੇ ਨੇ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ। ਤਾਂ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਅਤੇ ਫਿਰ ਇਹਨਾਂ ਦੇ ਵੱਲੋਂ ਅੰਦਰੋਂ ਗੇਟ ਲਗਾ ਲਿਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ, ਜਿੱਥੇ ਡਾਕਟਰਾਂ ਦੇ ਵੱਲੋਂ ਪੂਰੇ ਮਾਮਲੇ ਤੋਂ ਬਾਅਦ ਹੜਤਾਲ ਕਰ ਦਿੱਤੀ ਕਿ ਜਦੋਂ ਤੱਕ ਸਾਡੇ ਨਾਲ ਬਦਤਮੀਜ਼ੀ ਕਰਨ ਵਾਲੇ ਫੜੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਹੜਤਾਲ ਤੋਂ ਨਹੀਂ ਉੱਠਾਂਗੇ। ਤਾਂ ਇਸ ਸੰਬੰਧੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ 20 ਤੋਂ 25 ਸ਼ਖਸ ਵੇਖੇ ਜਾ ਸਕਦੇ ਨੇ ਜੋ ਕਿ ਇੱਕ ਮ੍ਰਿਤਕ ਦੀ ਲਾਸ਼ ਲੈ ਕੇ ਪਹੁੰਚੇ ਸੀ। ਤਾਂ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਡਾਕਟਰਾਂ ਦੇ ਨਾਲ ਬਹਿਸ ਹੋ ਜਾਂਦੀ ਹੈ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਹੁਣ ਡਾਕਟਰਾਂ ਦੇ ਵੱਲੋਂ ਇਹਨਾਂ 'ਤੇ ਇਲਜ਼ਾਮ ਲਗਾਏ ਗਏ ਨੇ ਅਤੇ ਇਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਡਾਕਟਰ ਸੁਖਮਨਜੀਤ ਸਿੰਘ, ਰਾਤ ਨੂੰ ਇੱਕ ਡੈਡ ਬੋਡੀ ਲੈ ਕੇ ਆਏ ਸੀਗੇ 15 ਸਾਲ ਦੇ ਬੱਚੇ ਦੀ, ਤੇ ਅਨਨੈਚੁਰਲ ਡੈਥ ਸੀਗੀ। ਇਸ ਕਰਕੇ ਮੈਂ ਉਹਨਾਂ ਨੂੰ ਇਨਫੋਰਮ ਕੀਤਾ ਸੀਗਾ ਕਿ ਪੁਲਿਸ ਕੇਸ ਹੋਏਗਾ, ਬਟ ਉਹ ਪਹਿਲਾਂ ਤਾਂ ਫੋਰਸਿਬਲੀ ਬੋਡੀ ਲੈ ਗਏ, ਫਿਰ ਘੰਟੇ ਕੇ ਬਾਅਦ ਦੁਬਾਰਾ ਲੈ ਕੇ ਆਏ। ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਪੁਲਿਸ ਇਨਫੋਰਮ ਕਰਤੀ ਹੈ, ਤੇ ਉਹਨਾਂ ਨੇ ਮਿਸਬਿਹੇਵ ਕਰਨਾ ਸ਼ੁਰੂ ਕਰਤਾ, ਮੇਰੇ ਨਾਲ ਵੀ ਕੀਤਾ, ਮੇਰੇ ਸਟਾਫ ਨਾਲ ਵੀ ਕੀਤਾ, ਧੱਕਾ ਮੁੱਕੀ ਵੀ ਹੋਈ ਹੈਗੀ ਹੈ। ਤੇ ਉਸ ਤੋਂ ਬਾਅਦ 20-25 ਜਣੇ ਇਕੱਠੇ ਆ ਕੇ ਜਿਵੇਂ ਕਹਿ ਲਓ ਕਿ ਸਾਡੇ 'ਤੇ ਅਟੈਕ ਕਰਨ ਦੀ ਵੀ ਕੋਸ਼ਿਸ਼ ਹੋਈ ਹੈਗੀ ਹੈ। ਤੇ ਉਸ ਤੋਂ ਬਾਅਦ ਅਸੀਂ ਆਪਣੀ ਐਮਰਜੈਂਸੀ ਦਾ ਦਰਵਾਜ਼ਾ ਬੰਦ ਕਰਕੇ ਅਤੇ ਜਿਵੇਂ ਕਹਿ ਲਓ ਕਿ ਪੁਲਿਸ ਕਾਲ ਕਰਕੇ ਅਤੇ ਆਪਣੇ ਆਪ ਨੂੰ ਸੇਫ ਕੀਤਾ ਹੈ। ਤੇ ਮੇਨਲੀ ਇਹ ਜਿਵੇਂ ਕਹਿ ਲਓ ਕਿ ਐਮਰਜੈਂਸੀ ਦੀ ਸਾਰੀ ਰਾਤ ਚੱਲੀ ਹੈਗੀ ਹੈ। ਓਪੀਡੀ ਸਰਵਿਸਿਸ ਅਸੀਂ ਡਿਸਾਈਡ ਕੀਤਾ ਹੈਗਾ ਕਿ ਅਸੀਂ ਬੰਦ ਕਰਾਂਗੇ ਜਦ ਤੱਕ ਜੋ ਜਿਹੜੇ ਬੰਦੇ ਹੈਗੇ ਆ ਉਹ ਪੜੇ ਨਹੀਂ ਜਾਂਦੇ ਤੇ FIR ਨਹੀਂ ਲਾਂਚ ਹੁੰਦੀ। ਜੋ ਡੈਡ ਬੋਡੀ ਆਈ ਸੀਗੀ ਉਹ ਜੋ ਪੇਸ਼ੈਂਟ ਸੀਗਾ ਉਹ ਪਿੰਡ ਦਮਨਖੇੜੀ ਦਾ ਸੀਗਾ, ਦਮਨਖੇੜੀ ਦਾ ਸੀਗਾ, ਤੇ ਬਾਕੀ ਵੀ ਉਹਦੇ ਰਿਲੇਟਿਵ ਵੀ ਸੀਗੇ। ਤੇ ਨਹੀਂ ਜੀ, ਉਹ ਤਾਂ ਡੈਡ ਆਇਆ ਸੀਗਾ, ਅਸੀਂ ਸਿਰਫ ਡਿਕਲੇਅਰ ਕੀਤਾ, ਬਾਕੀ ਉਸੇ ਵਾਸਤੇ ਹੀ ਬੋਡੀ ਰੱਖਣੀ ਸੀਗੀ ਕਿ ਪੋਸਟਮਾਰਟਮ ਕੰਡਕਟ ਹੋ ਸਕੇ, ਬਟ ਉਹ ਬੋਡੀ ਮਤਲਬ ਉਹ ਫੋਰਸਿਬਲੀ ਲੈ ਗਏ। ਬੋਡੀ ਰੱਖ ਕੇ ਚਲੇ ਗਏ ਕਿ ਨਹੀਂ? ਨਹੀਂ ਜੀ, ਬੋਡੀ ਉਹਨਾਂ ਦੇ ਕੋਲ ਹੀ ਹੈ। ਡਾਕਟਰ ਬਿਜੀਕਨ SMO ਸਿਵਲ ਹਸਪੀਟਲ ਰਾਜਪੁਰਾ, ਅੱਜ ਜਿਹੜੇ ਰਾਤ ਐਮਰਜੈਂਸੀ ਦੇ ਵਿੱਚ ਆ ਕੇ ਡਾਕਟਰ ਸਾਹਿਬ ਦੇ ਨਾਲ ਮਿਸਬਿਹੇਵ ਕਰਿਆ ਉਹਦੇ ਬਾਰੇ ਜਾਣ ਸਕਦੇ? ਮੈਨੂੰ ਪਤਾ ਲੱਗਿਆ ਕਿ ਕੁਛ 20-25 ਬੰਦੇ 9:30 ਵਜੇ ਦੇ ਕਰੀਬ ਡਾਕਟਰ ਸਾਹਿਬ ਕੋਲ ਆਏ ਤੇ ਕੋਈ ਬੋਡੀ ਰੱਖ ਨਹੀਂ ਸੀਗੀ। ਡਾਕਟਰ ਸਾਹਿਬ ਨੇ ਕਹਿਤਾ ਕਿ ਹਾਂ ਬੋਡੀ ਰੱਖ ਲਓ, ਤੇ ਪਰ ਉਹ ਡਾਕਟਰ ਸਾਹਿਬ ਨੇ ਕਿਹਾ ਸੀ ਪੁਲਿਸ ਇਨਫੋਰਮੇਸ਼ਨ ਦੇ ਚੁੱਕੇ ਆ ਕਿਉਂਕਿ ਪਹਿਲਾਂ ਵੀ ਉਹ ਆਏ ਸੀ ਤਾਂ ਬੋਡੀ ਲੈ ਕੇ ਚੱਲ ਗਏ ਸੀਗੇ, ਤੇ ਉਸ ਤੋਂ ਬਾਅਦ ਉਹਨਾਂ ਨੇ ਹੱਥਾਪਾਈ ਕਰਨੀ ਸ਼ੁਰੂ ਕਰ ਦਿੱਤੀ, ਗਾਲੀ ਗਲੋਚ ਕੀਤਾ ਤੇ ਹੋਰ ਸਟਾਫ ਨਾਲ ਵੀ ਉਹ 20-25 ਬੰਦੇ ਇਕੱਠੇ ਹੋ ਕੇ ਆ ਗਏ। ਡਾਕਟਰ ਸਾਹਿਬ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ, ਦਰਵਾਜ਼ੇ ਲਾ ਲਏ ਐਮਰਜੈਂਸੀ ਦੇ, ਫਿਰ ਪੁਲਿਸ ਇਨਫੋਰਮ ਕਰ ਦਿੱਤਾ। ਹੁਣ ਇਹਨਾਂ ਡਾਕਟਰ ਸਾਹਿਬ ਸਾਰੇ ਆਪਣੇ ਯੂਨੀਅਨ ਦੀ ਇਹ ਡਿਮਾਂਡ ਆ ਕਿ ਉਹਨਾਂ ਦੇ ਅਗੇਂਸਟ FIR ਹੋਵੇ ਤੇ ਉਹਨਾਂ ਨੂੰ ਪੜਿਆ ਜਾਵੇ।
ਹਲੇ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ, ਕੋਈ ਕਾਰਵਾਈ ਨਹੀਂ ਹੋਈ, ਕੋਈ DDR ਨਹੀਂ ਹੋਈ, ਕੋਈ FIR ਨਹੀਂ ਹੋਈ ਹਲੇ ਤੱਕ। ਐਮਰਜੈਂਸੀ ਤਾਂ ਬੰਦੇ ਨਹੀਂ ਕੀਤੀ, ਉਹਦੇ ਚ ਕੰਟੀਨਿਊ ਚੱਲ ਰਿਹਾ, OPD ਸਸਪੈਂਡ ਕੀਤੀ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ।